ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ। ਰਵੀਦਾਸ ਸਮਾਜ ਵੱਲੋਂ ਵਿਰੋਧ ਕੀਤਾ ਜਾ ਰਿਹਾ ਵਾ। ਦਿੱਲੀ ਦੇ ਵਿੱਚ ਰਵੀਦਾਸ ਸਮਾਜ ਦੀ ਕੋਈ ਸਥਾਨ ਸੀਗਾ ਜਿਸ ਨੂੰ ਜੋ ਅੱਜ ਢਾਇਆ ਗਿਆ ਵਾ। ਉਸ ਤੋਂ ਬਾਅਦ ਰਵੀਦਾਸ ਸਮਾਜ ਦੇ ਵਿੱਚ ਜੋ ਰੋਸ ਹੈ ਉਸ ਦੇ ਰੋਸ ਨੂੰ ਜ਼ਾਹਿਰ ਕਰਦੇ ਹੋਏ ਅੱਜ ਨੈਸ਼ਨਲ ਹਾਈਵੇ ਜਿਹੜਾ ਨੈਸ਼ਨਲ ਹਾਈਵੇ 1 ਹੈ ਦਿੱਲੀ ਤੋਂ ਅੰਮ੍ਰਿਤਸਰ ਮਾਰਗ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ। ਲੁਧਿਆਣਾ ਵਿਖੇ ਜਲੰਧਰ ਬਾਈਪਾਸ ਦੇ ਨੇੜੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਦੇ ਨਾਲ ਨਾਲ ਜਿਹੜੀ ਸਰਵਿਸ ਲੇਨ ਹੈ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ। ਪ੍ਰੋਪਰ ਆਵਾਜਾਈ ਜਿਹੜੀ ਬੰਦ ਹੈ ਕਾਫੀ ਟਾਈਮ ਹੋ ਗਿਆ। ਲਗਾਤਾਰ ਜਿਹੜੇ ਰਵੀਦਾਸ ਸਮਾਜ ਦੇ ਆਗੂ ਨੇ ਉਹ ਸੜਕਾਂ 'ਤੇ ਬੈਠੇ ਨੇ। ਕਾਰਨ ਕੀ ਹੈ, ਕਾਰਨ ਜਾਣ ਲੈਂਦੇ ਹਾਂ। ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਨੈਸ਼ਨਲ ਹਾਈਵੇ ਜਾਮ ਕੀਤੀ ਹੈ, ਇਹ ਕਾਰਨ ਕੀ ਹੈ ਜੀ? ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦਾ ਜੋ ਇਹ ਧਰਨਾ ਪ੍ਰਦਰਸ਼ਨ ਤੁਸੀਂ ਦੇਖ ਰਹੇ ਹੈ ਇਸ ਦਾ ਮੁੱਖ ਕਾਰਨ ਹੈ ਜੋ ਸਾਡਾ ਸਤਿਗੁਰੂ ਰਵਿਦਾਸ ਮਹਾਰਾਜ ਦਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦੇ ਵਿੱਚ ਇੱਕ ਇਤਿਹਾਸਿਕ ਸਥਾਨ ਸੀ ਜੋ ਕਿ ਸਿਕੰਦਰ ਲੋਧੀ ਦੇ ਟਾਈਮ 650 ਸਾਲ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਤੋਂ ਦੇ ਬਚਨ ਸੁਣ ਕੇ ਜੋ ਪ੍ਰਸੰਨ ਹੋ ਕੇ ਸਿਕੰਦਰ ਲੋਧੀ ਨੇ ਉਹਨਾਂ ਨੂੰ ਉਹ ਆਪਣੀ ਭੇਟਾ ਕੀਤੀ ਸੀ ਜ਼ਮੀਨ, ਉਸ ਦੇ ਉੱਤੇ ਜੋ ਦਿੱਲੀ ਦੀ ਸੈਂਟਰ ਸਰਕਾਰ ਹੈ DDA ਆ ਉਹ ਉਸ ਮੰਦਿਰ ਨੂੰ ਢਾਇਆ ਗਿਆ ਅੱਜ, ਅਤੇ ਉਸ ਮੰਦਿਰ ਦੇ ਉੱਤੇ ਕਬਜ਼ਾ ਕੀਤਾ ਗਿਆ, ਇਸ ਲਈ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਪ੍ਰਦਰਸ਼ਨ ਕਦੋਂ ਤੋਂ ਚੱਲ ਰਿਹਾ ਅਤੇ ਕਿਹੜੀ ਕਿਹੜੀ ਜਗ੍ਹਾ 'ਤੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ? ਇਹ ਪ੍ਰਦਰਸ਼ਨ ਪੂਰੇ ਸਾਡੇ ਸੰਤ ਸਮਾਜ ਦੇ ਕਹਿਣ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਹੋ ਸਕਦਾ ਇਹ ਪੂਰੇ ਵੀ ਭਾਰਤ ਦੇ ਵਿੱਚ ਹੀ ਇਹ ਧਰਨਾ ਪ੍ਰਦਰਸ਼ਨ ਚੱਲੇਗਾ। ਕਦੋਂ ਤੱਕ ਚੱਲੂਗਾ, ਕੀ ਮੰਗ ਕੀ ਆ ਹੁਣ ਤੁਹਾਡੀ, ਧਰਨਾ ਪ੍ਰਦਰਸ਼ਨ ਕਦੋਂ ਤੱਕ ਚੱਲੂਗਾ? ਸਾਡੀ ਮੰਗ, ਅਸੀਂ ਸਰਕਾਰ ਤੋਂ, ਅਸੀਂ ਕੁਛ ਸਰਕਾਰ ਦੀ ਚੀਜ਼ ਤਾਂ ਨਹੀਂ ਮੰਗ ਰਹੇ, ਅਸੀਂ ਸਰਕਾਰ ਤੋਂ ਆਪਣੀ ਚੀਜ਼ ਮੰਗ ਰਹੇ। ਸਾਡੇ ਪੇ ਦੀ ਜ਼ਮੀਨ ਆ, ਅਸੀਂ ਆਪਣੇ ਪੇ ਦੀ ਜ਼ਮੀਨ ਨੂੰ ਹੀ ਅਸੀਂ ਕਹਿੰਦੇ ਹਾਂ ਵੀ ਸਾਡੀ ਜੋ ਮੰਗ ਆ, ਜੋ ਸਾਡੀ ਜਗ੍ਹਾ ਆ ਉਹ ਸਾਨੂੰ ਦਿੱਤੀ ਜਾਵੇ। ਅਸੀਂ ਇਹ ਚਾਹੁੰਦੇ ਹਾਂ, ਜੋ ਸੰਵਿਧਾਨ ਦੇ ਵਿੱਚ ਵੀ ਇਹ ਲਿਖਿਆ ਹੋਇਆ ਕਿ ਜੋ ਵੀ ਕਿਸੇ ਦੀ ਵੀ ਧਾਰਮਿਕ ਸੰਸਥਾ ਜਿੱਥੇ ਜੁੜੀ ਹੋਈ ਆ ਉਸ ਨੂੰ, ਉਸ ਦੇ ਖਿਲਾਫ਼ ਕੋਈ ਵੀ, ਜੇ ਵੀ ਕੋਈ ਸਰਕਾਰ ਕੋਈ ਵੀ ਇੱਦਾਂ ਦਾ ਕਦਮ ਨਹੀਂ ਚੱਕਦੀ। ਇਹ ਸਰਕਾਰ ਸਾਡੇ ਨਾਲ ਕਿਉਂ ਧੱਕਾ ਕਰ ਰਹੀ ਆ? ਕਿਉਂਕਿ ਇਹ ਅਸੀਂ ਇੱਕ SC ਸਮਾਜ ਹੋਣ ਕਰਕੇ, ਕਿਉਂਕਿ ਬਾਕੀਆਂ ਦਾ ਜੋ ਵੀ ਆ ਧਾਰਮਿਕ ਸਥਾਨਾਂ 'ਤੇ ਨਹੀਂ ਇੱਦਾਂ ਦਾ ਕੁਛ ਹੋਣ ਨੂੰ ਦੇਖਿਆ ਤੁਸੀਂ, ਅੱਜ ਅਸੀਂ SC ਸਮਾਜ ਆ, ਸਾਡੇ ਨਾਲ ਸਰਕਾਰ ਧੱਕਾ ਕਰ ਰਹੀ ਆ। ਹੁਣ ਅੱਜ ਕਿਹੜੀ ਜਗ੍ਹਾ ਤੁਸੀਂ ਧਰਨਾ ਪ੍ਰਦਰਸ਼ਨ ਲਾਇਆ ਲੁਧਿਆਣਾ ਵਿਖੇ, ਅਤੇ ਕਦੋਂ ਤੱਕ ਚੱਲੇਗਾ ਇਹ? ਅਸੀਂ ਇਹ ਜਲੰਧਰ ਬਾਈਪਾਸ ਚੌਂਕ ਦੇ ਵਿੱਚ ਧਰਨਾ ਲਾਇਆ ਆ। ਅਸੀਂ ਪੂਰਾ ਨੈਸ਼ਨਲ ਹਾਈਵੇ ਇਸ ਟਾਈਮ ਬੰਦ ਆ, ਅਸੀਂ ਇਹ ਮੰਗ ਕਰਦੇ ਹਾਂ। ਜਦ ਤੱਕ ਸਾਡੀ ਇਹ ਮੰਗ ਪੂਰੀ ਨਹੀਂ ਹੁੰਦੀ ਉਸ ਤੱਕ ਇਹ ਧਰਨਾ ਪ੍ਰਦਰਸ਼ਨ ਅਣਮਿੱਥੇ ਸਮੇਂ ਤੱਕ ਚੱਲੇਗਾ। ਜਿਹੜਾ ਤੁਸੀਂ ਸਥਾਨ ਦੀ ਗੱਲ ਕਰ ਰਹੇ ਹੋ, ਕਿਹੜੀ ਜਗ੍ਹਾ 'ਤੇ ਸਥਿਤ ਹੈਗਾ ਵਾ, ਅਤੇ ਕਦੋਂ ਉਸ 'ਤੇ ਜਿਹੜਾ ਮਤਲਬ ਕਿ ਉਹਨੂੰ ਹਟਾਇਆ ਕਦੋਂ ਗਿਆ ਵਾ? ਇਹ ਜੋ ਅਸੀਂ ਸਥਾਨ ਦੀ ਗੱਲ ਕਰ ਰਹੇ ਹਾਂ, ਇਹ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ, ਇਹ ਦਿੱਲੀ ਦੇ ਵਿੱਚ ਸਥਿਤ ਹੈ। ਅਸ ਉਸ ਨੂੰ ਅੱਜ ਸਵੇਰੇ ਹੀ ਢਾਇਆ ਗਿਆ ਆ, ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਦੀ ਮੂਰਤੀ ਦੀ ਇਹ ਬੇਅਦਬੀ ਕੀਤੀ ਆ, ਇਹ ਸੈਂਟਰ ਸਰਕਾਰ ਨੇ ਜੋ ਵੀ ਆ ਉਸ ਦੇ ਇੱਕ ਮੂਰਤੀ ਦੇ ਉੱਤੇ ਜੋ ਵੀ ਕੱਪੜਾ ਇੱਕ ਦੇ ਕੇ ਉਸ ਨੂੰ ਇੱਦਾਂ ਹੀ ਇੱਕ ਸੜਕਾਂ ਦੇ ਉੱਤੇ ਰੱਖਿਆ ਗਿਆ ਆ। ਅਸੀਂ ਇਹ ਚੇਤਾਵਨੀ ਦਿੰਦੇ ਹਾਂ ਸੈਂਟਰ ਸਰਕਾਰ ਨੂੰ, ਜੇ ਆਪਣੀਆਂ ਹਰਕਤਾਂ ਤੋਂ ਨਾ ਬਾਜ਼ ਆਏ, ਅਤੇ ਅਸੀਂ ਇਹਨਾਂ ਸਰਕਾਰਾਂ, ਜੋ ਵੀ ਸਰਕਾਰਾਂ, ਇਹ ਇੱਕ ਸਮਾਜ ਹੀ ਬਣਾਉਂਦਾ, ਇਹ ਇੱਕ ਸਮਾਜ ਨੇ ਸਰਕਾਰ ਬਣਾਈ ਹੋਈ ਆ, ਇਸ ਬੰਦੇ ਹੀ ਸਰਕਾਰਾਂ ਬਣਾਉਂਦੇ ਆ। ਇਹ ਸਰਕਾਰਾਂ ਨੂੰ ਬਾਜ਼ ਆਉਣ ਜਾਣਾ ਚਾਹੀਦਾ ਹੈ ਆਪਣੀਆਂ ਹਰਕਤਾਂ ਤੋਂ। ਜੀ ਬਿਲਕੁਲ, ਰਵੀਦਾਸ ਸਮਾਜ ਦੇ ਜਿਹੜੇ ਆਗੂ ਨੇ ਉਹ ਲਗਾਤਾਰ ਸੜਕਾਂ 'ਤੇ ਉਤਰੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਅਤੇ ਉਹਨਾਂ ਦਾ ਕਹਿਣਾ ਕਿ ਦਿੱਲੀ ਦੇ ਵਿੱਚ ਤੁਗਲਕਾਬਾਦ ਦੇ ਵਿੱਚ ਇੱਕ ਸਥਾਨ ਹੈ ਰਵੀਦਾਸ ਸਮਾਜ ਦਾ, ਜਿੱਥੇ ਜਿਸ ਨੂੰ ਅੱਜ ਹਟਾਇਆ ਗਿਆ ਵਾ, ਜਿਸ ਦੇ ਵਿਰੋਧ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਰਵੀਦਾਸ ਸਮਾਜ ਪੰਜਾਬ ਦੀ ਸੜਕਾਂ 'ਤੇ ਉਤਰਿਆ, ਅਤੇ ਉਹਨਾਂ ਦਾ ਕਿਹਾ ਕਿ ਪੰਜਾਬ ਦੇ ਵੱਖ ਵੱਖ ਸਥਾਨਾਂ 'ਤੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਜਦ ਤੱਕ ਸਰਕਾਰ ਉਹ ਉਸ ਸਥਾਨ ਦਾ ਜਿਹੜਾ ਬੇਅਦਬੀ ਕੀਤੀ ਆ ਉਸ ਨੂੰ ਬਰਕਰਾਰ, ਵਾਪਸ ਜਿਸ ਤਰ੍ਹਾਂ ਸੀਗਾ ਉਸ ਨੂੰ ਬਰਕਰਾਰ ਨਹੀਂ ਕਰਦੀ, ਤਦ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਚੱਲਦਾ ਰਹੇਗਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਰਵੀਦਾਸ ਸਮਾਜ ਦੇ ਜਿਹੜੇ ਆਗੂ ਨੇ, ਚਾਹੇ ਉਹ ਮਹਿਲਾਵਾਂ ਹੋਣ, ਚਾਹੇ ਬੱਚੇ ਹੋਣ, ਚਾਹੇ ਬਜ਼ੁਰਗ ਹੋਣ, ਸੜਕਾਂ 'ਤੇ ਉਤਰੇ ਹੋਏ ਨੇ। ਅਤੇ ਲਗਾਤਾਰ ਜਿਹੜਾ ਨੈਸ਼ਨਲ ਹਾਈਵੇ ਹੈਗਾ, ਨੈਸ਼ਨਲ ਹਾਈਵੇ 1 ਦਿੱਲੀ ਤੋਂ ਅੰਮ੍ਰਿਤਸਰ ਮਾਰਗ ਜਿਹੜਾ ਹੈਗਾ ਉਸ ਨੂੰ ਚਾਰੋਂ ਪਾਸੋਂ ਦੀ ਬੰਦ ਕੀਤਾ ਹੋਇਆ। ਲੁਧਿਆਣਾ ਦੇ ਵਿਖੇ ਜਲੰਧਰ ਬਾਈਪਾਸ ਦੇ ਨੇੜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਲੰਬਾ ਜਾਮ, ਕਈ ਕਿਲੋਮੀਟਰ ਦਾ ਜਾਮ ਜਿਹੜਾ ਇੱਥੇ ਲੱਗ ਚੁੱਕਿਆ ਵਾ, ਅਤੇ ਲਗਾਤਾਰ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਹੈਗਾ ਧਰਨਾ ਹਟਾਇਆ ਜਾ ਸਕੇ, ਪਰ ਲਗਾਤਾਰ ਹਜੇ ਕਾਫੀ ਸਮੇਂ ਤੋਂ ਜਿਹੜਾ ਜਾਮ ਲੱਗਾ ਹੋਇਆ ਵਾ। ਤਸਵੀਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੀ ਦੇਰ ਤੋਂ ਉੱਥੇ ਖੜ੍ਹੇ ਆ। ਸਰ ਕਿੰਨੀ ਦੇਰ ਤੋਂ ਖੜ੍ਹੇ ਹੋ ਜੀ ਇੱਥੇ? 1.25 ਘੰਟਾ ਹੋ ਗਿਆ ਸਰ। ਸਰ ਇਹ ਕਿਆ ਤਰੀਕਾ ਹੁਆ, ਆਮ ਆਦਮੀ ਕੋ ਪਰੇਸ਼ਾਨ ਕਰਾ ਜਾ ਰਿਹਾ ਹੈ, ਬਤਾਈਏ। ਕਿੰਨੀ ਦੇਰ ਸੇ ਖੜ੍ਹੇ ਹਾਂ? 1.25 ਘੰਟਾ ਹੋ ਗਿਆ ਹਮੇ। ਬਿਲਕੁਲ ਯਹੀਂ ਪੇ ਕੋਈ ਜਾਮ? ਬਿਲਕੁਲ 1.25 ਘੰਟੇ ਪ੍ਰਸ਼ਾਸਨ ਦੁਆਰਾ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਸਰ।
जी बिल्कुल, लोग कह रहे हैं कि एक घंटे तो ऊपर हो गया, सवा घंटा हो गया जाम लगे नू, लोग परेशान ने, महिलावां भी ने, बच्चे भी ने गड्डिया दे विच, उन्हां नाल गलबात कर लेने। मैडम कितनी देर होगी खड़े जी? एक घंटे से ऊपर हो चुका है हमें खड़े हुए यहाँ पर। कहाँ जाना था आपने? वैष्णो माता देवी। तो कितनी परेशानी आ रही है? बहुत परेशानी आ रही है, एक तो इतनी गर्मी हो रही है, ऊपर से प्रशासन की कोई व्यवस्था नहीं है। जी बिल्कुल, लोग परेशान हो रहे हैं क्योंकि उन्होंने कहना है कि जड़ा एक घंटे तो ऊपर हो चुका वा, लोग गड्डिया के जिन्होंने अपने दूर अमृतसर या वैष्णो देवी माता या कि होर जो भी स्थान पर जाना सी उन्होंने हूँ इतने जाम के कारण रुकना पै रहा। तस्वीर तुम देख सकते हो, दूजे पास पुलिस का वड्डा जिहड़ा हैगा प्रशासन, पुलिस अते प्रशासन इत्थे पहुँच चुकी है, गलबात करन दी कोशिश कर रही है कि जाम हटाया जा सके, पर समाज का हले लगातार कहना कि जिहड़ा हैगा जब तक ये फैसला नहीं हुंदा तद तक धरना प्रदर्शन किया जाएगा। साढ़े नाल होर भी आगू मौजूद ने। लाली जी, कद तक धरना जिहड़ा लगा होया कद तक चलेगा? धरना जी कल उत्थे जिहड़ा हैगा दिल्ली दे विच रात इत्थे पंजाब दे लोकां नूं पता लग्या कि श्री गुरु रविदास महाराज के धार्मिक स्थान जिहड़ा उत्थे बणिया होया तुकलक आबाद दे विच, उहनूं सरकार ने सुप्रीम कोर्ट के आदेशों के मुताबिक डेमोलिश किया, जिला प्रशासन ने दिल्ली का, और मूर्ति के नाल बेअदबी की सरकार नूं। जदों इत्थे गुरु नाम लेवा संगतां नूं पता लग्या रात और सवेरे वड्डी गिणती च लोग पहलां बाबा साहब के चौक च इकट्ठे होए अपनियां गल्लां कीतियां ते हुण इत्थे रोड नूं जाम किया और लोकां नूं जिद्दां जिद्दां पता लग रहा वड्डी गिणती च आ रहे ते साडी तां मंग DDA ਕੋਲੋਂ ਦਿੱਲੀ ਗਵਰਨਮੈਂਟ ਤੋਂ ਚਾਹੇ ਪੰਜਾਬ ਸਰਕਾਰ ਦਾ ਉਹਦੇ 'ਚ ਸੰਬੰਧ ਹੋਵੇ ਚਾਹੇ ਕੇਂਦਰ ਦੀ ਸਰਕਾਰ ਦਾ, ਸਾਡੀ ਮੰਗ ਸਾਰਿਆਂ ਕੋਲ ਇਹੀ ਆ ਕਿ ਉਹ ਮੰਦਰ ਨੂੰ ਐਜ਼ ਇਟ ਇਜ਼ ਉੱਥੇ ਰਹਿਣ ਦਿੱਤਾ ਜਾਵੇ ਔਰ 3 acres ਦੇ ਵਿੱਚ ਜਿਹੜੀ ਉਹ ਲੈਂਡ ਹੈਗੀ ਆ ਜਿਹਦੇ ਉੱਤੇ ਇਹਦੀ DDA ਦੀ ਮਾੜੀ ਨਿਗਾਹ, ਕਿਉਂਕਿ ਉਹਦੇ ਬਾਰੇ ਦੱਸਿਆ ਗਿਆ ਕਿ 600 years ਪਹਿਲਾਂ ਸਿਕੰਦਰ ਲੋਧੀ ਗੁਰੂ ਸਾਹਿਬ ਨੂੰ ਖੁਦ ਉਹ ਜਗ੍ਹਾ ਭੇਟ ਕਰਕੇ ਗਏ ਸੀ, ਲੇਕਿਨ ਹੁਣ ਸ਼ਹਿਰ 'ਚ ਆ ਗਈ, ਮਹਿੰਗੀ ਹੋ ਗਈ ਅਤੇ ਇਸ ਕਰਕੇ DDA ਦੀ ਜਿਹੜੀ ਹੈ ਬੇਈਮਾਨੀ ਕਰਕੇ। ਤੁਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਜਾਓਗੇ? ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸਾਡੀ ਕਮੇਟੀ ਦੇ ਉੱਥੇ ਦੇ ਲੋਕ ਗਏ, ਲੇਕਿਨ ਸੁਪਰੀਮ ਕੋਰਟ ਨੇ, ਕਿਉਂਕਿ ਉਹਨਾਂ ਦੇ ਪਿੱਛੇ ਸਰਕਾਰ ਸੀ DDA ਸੀ, ਸਾਡੇ ਲੋਕਾਂ ਦਾ ਪੱਖ ਸੁਣਿਆ ਨਹੀਂ, ਸਾਡੇ ਖਿਲਾਫ਼ ਫੈਸਲਾ ਕੀਤਾ, ਫਿਰ ਅਸੀਂ ਰਿਟ ਪਟੀਸ਼ਨ ਦੁਆਰਾ ਪਾਈ ਲੇਕਿਨ ਉਹਨੂੰ ਐਕਸੈਪਟ ਹੀ ਨਹੀਂ ਕੀਤਾ ਗਿਆ, ਅਤੇ ਇੱਥੋਂ ਅਸੀਂ ਸੋਚਦੇ ਹਾਂ ਕਿ ਕੋਰਟ ਦੇ ਵਿੱਚੋਂ ਵੀ ਜਿਹੜਾ ਹੈਗਾ ਫੈਸਲਾ ਵਨ ਤਰਫਾ ਹੋਇਆ, ਸਾਡਾ ਪੱਖ ਹੀ ਨਹੀਂ ਸੁਣਿਆ। ਧਰਨਾ ਪ੍ਰਦਰਸ਼ਨ ਜਾਰੀ ਰਹੇਗਾ, ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ। ਧਰਨਾ ਪ੍ਰਦਰਸ਼ਨ ਤੁਸੀਂ ਕਹਿੰਦੇ ਹੋ ਲੋਕ ਪਰੇਸ਼ਾਨ ਹੋ ਰਹੇ ਆ, ਇੱਥੇ ਸਾਰੇ ਦੇਸ਼ ਦੇ 25 crore ਸਮਾਜ ਜਿਹੜਾ ਉਹ ਪਰੇਸ਼ਾਨ। ਰਣਨੀਤੀ ਇਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ACP ਸਾਹਿਬ, DCP ਸਾਹਿਬ ਔਰ SDM ਸਾਹਿਬ ਵਗੈਰਾ ਸਾਰੇ ਆਏ ਆ, ਉਹਨਾਂ ਨੂੰ ਆਪਣੀ ਗੱਲ ਕਹੀ ਆ, ਉਹ ਕਹਿੰਦੇ ਕਿ ਕੀ ਕਰਨਾ ਚਾਹੀਦਾ, ਅਸੀਂ ਕਿ ਇਹੀ ਆ ਕਿ ਉਹ ਜਿਹੜਾ ਮੰਦਰ ਹੈ ਉਹ ਐਜ਼ ਇਟ ਇਜ਼ ਉੱਥੇ ਹੋਣਾ ਚਾਹੀਦਾ, 3 acres ਲੈਂਡ ਦੇ ਵਿੱਚ ਸਗੋਂ ਮੰਦਰ ਨੂੰ ਡਿਵੈਲਪ ਕਰੋ, ਲੋਕਾਂ ਦੀਆਂ ਭਾਵਨਾਵਾਂ ਜੁੜੀਆਂ, ਸਾਡੇ ਜਿੰਨੇ ਸੰਤ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕਰੋ, ਜੇ ਤੁਸੀਂ ਜਿੱਡੀ ਛੇਤੀ ਫੈਸਲਾ ਕਰ ਲਓ ਉੱਡੀ ਛੇਤੀ ਜਿਹੜਾ ਹੈ ਇਸ ਨੂੰ ਅੰਦੋਲਨ ਨੂੰ ਖਤਮ ਕਰ ਦਿਆਂਗੇ, ਲੇਕਿਨ ਜੇ ਤੁਹਾਡੀ ਨੀਤੀ ਢਿੱਲੀ ਮੱਠੀ ਰਹੀ ਜਾਂ ਕੋਈ ਫੈਸਲਾ ਨਾ ਕੀਤਾ ਤੇ ਇਹ ਅੰਦੋਲਨ ਹੋਰ ਤੇਜ਼ ਹੋਏਗਾ, ਸੰਘਰਸ਼ ਹੋਰ ਤੇਜ਼ ਹੋ ਜਾਏਗਾ। ਜੀ ਬਿਲਕੁਲ, ਇਹ ਸੀਗੇ ਰਵੀਦਾਸ ਸਮਾਜ ਦੇ ਆਗੂ ਜਿਨ੍ਹਾਂ ਦਾ ਕਹਿਣਾ ਕਿ ਜਦ ਤੱਕ ਜਿਹੜਾ ਹੈਗਾ ਉਸ ਸਥਾਨ ਦੀ ਬਰਕਰਾਰ ਨਹੀਂ ਰੱਖਿਆ ਜਾਂਦਾ ਤਦ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਪ੍ਰਸ਼ਾਸਨ ਵੀ ਇੱਥੇ ਪਹੁੰਚਿਆ, ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਧਰਨਾ ਲਗਾਇਆ ਗਿਆ, ਕੀ ਕਾਰਨ ਕੀ ਹੈ ਜੀ? ਆਪਣੇ ਦਿੱਲੀ ਕੋਈ ਇਸ਼ੂ ਹੈ DDA ਨਾਲ, ਇਹਨਾਂ ਦਾ ਕੋਈ ਕੋਰਟ ਮੈਟਰ ਹੈ, ਉਹ ਦਿੱਲੀ 'ਚ ਹੀ ਚੱਲ ਰਿਹਾ ਅਤੇ ਹੁਣ ਇਹ ਜਿਹੜਾ ਧਰਨਾ ਇਹਨਾਂ ਨੇ ਇੱਥੇ ਦਿੱਤਾ ਇਹ ਜਸਟ ਹੁਣ ਸੋਰਟ ਆਊਟ ਹੋ ਰਿਹਾ। ਆਪਣੇ SDM ਸਾਹਿਬ ਆ ਗਏ, ਇਹਨਾਂ ਨਾਲ ਪੂਰੀ ਗੱਲਬਾਤ ਹੋ ਗਈ, ਬਸ ਹੁਣ ਇਹ ਚੱਕ ਰਹੇ ਨੇ। ਟ੍ਰੈਫਿਕ ਦੀਆਂ ਅਸੀਂ ਡਿਵਰਸ਼ਨ ਦਿੱਤੀ ਹੋਈ ਆ ਸਾਰੇ ਪਾਸਿਓਂ, ਟ੍ਰੈਫਿਕ ਨੂੰ ਕਿਸੇ ਪਾਸੇ ਜਾਮ ਦੀ ਨਹੀਂ ਕੋਈ ਪ੍ਰੋਬਲਮ ਆ ਰਹੀ, ਔਰ ਬਾਕੀ ਕੋਈ ਐਂਬੂਲੈਂਸ ਵਗੈਰਾ ਉਹ ਤਾਂ ਇਹ ਆਪ ਹੀ ਕੱਢੀ ਜਾਂਦੇ ਰਹੇ। ਥੈਂਕ ਯੂ। ਬਿਲਕੁਲ, SDM ਲੁਧਿਆਣਾ ਵੀ ਪਹੁੰਚੇ ਨੇ ਇੱਥੇ। ਸਰ, ਕੀ ਗੱਲਬਾਤ ਹੋਈ ਹੈ, ਕਦ ਤੱਕ ਧਰਨਾ ਪ੍ਰਦਰਸ਼ਨ ਚੱਲਦੇ? ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਇਹਨਾਂ ਵੱਲੋਂ ਦੱਸਿਆ ਕਿ ਕੋਈ ਦਿੱਲੀ ਤੁਗਲਕਾਬਾਦ ਦੇ ਵਿੱਚ ਗੁਰਦਾਸ ਮਹਾਰਾਜ ਦਾ ਕੋਈ ਮੰਦਰ ਸੀ ਬਹੁਤ ਪੁਰਾਣਾ, ਉਹਦੀ ਤਕਰੀਬਨ 3 acres ਜ਼ਮੀਨ ਸੀ ਉਹਨਾਂ ਦੇ ਕੋਲ ਕਬਜ਼ੇ 'ਚ, ਅਤੇ DDA ਨੇ ਸੁਪਰੀਮ ਕੋਰਟ ਤੋਂ ਕੋਈ ਹੁਕਮ ਲਿਆ ਹੈਗਾ ਜਿਹਦੇ ਤਹਿਤ ਉਹਦਾ ਕਬਜ਼ਾ ਉਹਨਾਂ ਨੇ ਕਰ ਲਿਆ, ਤੋ ਉਹ ਜਿੱਦਾਂ ਕਬਜ਼ਾ ਲਿਆ ਗਿਆ ਅਤੇ ਉਹਦੇ ਪ੍ਰਤੀ ਜਿਹੜਾ ਹੈਗਾ ਇਹਨਾਂ ਦਾ ਰੋਸ ਹੈਗਾ ਸਮਾਜ ਦਾ, ਉਹ ਰੋਸ ਆਪਣਾ ਪ੍ਰਗਟ ਕਰਨ ਦੇ ਲਈ ਅੱਜ ਇਹਨਾਂ ਨੇ ਧਰਨਾ ਲਾਇਆ। ਮੈਂ ਆ ਕੇ ਇਹਨਾਂ ਦੇ ਸਾਰਿਆਂ ਦੀ ਗੱਲ ਸੁਣੀ ਹੈਗੀ ਨੇ, 2-3 ਔਰਗਨਾਈਜੇਸ਼ਨਸ ਹੈਗੀਆਂ ਨੇ ਜਿਨ੍ਹਾਂ ਨੇ ਇਕੱਠੇ ਤੌਰ 'ਤੇ ਇਹ ਧਰਨਾ ਲਾਇਆ, ਉਹਨਾਂ ਦੀ ਇਹ ਡਿਮਾਂਡ ਹੈ ਕਿ ਜੀ ਸਾਡੀ ਜਿਹੜੀ ਆਵਾਜ਼ ਹੈਗੀ ਹੈ ਸੈਂਟਰ ਗੌਰਮੈਂਟ, ਦਿੱਲੀ ਗੌਰਮੈਂਟ ਤੱਕ ਅਤੇ ਪੰਜਾਬ ਗੌਰਮੈਂਟ ਦੇ ਰਾਹੀਂ ਪਹੁੰਚਾਈ ਜਾਵੇ। ਇਹਨਾਂ ਨੂੰ ਅਸੀਂ ਆਸ਼ਵਾਸਨ ਦਿੱਤਾ ਕਿ ਇਹਨਾਂ ਦੀ ਜਿਹੜੀ ਆਵਾਜ਼ ਆ ਜੋ ਵੀ ਮੈਮੋਰੈਂਡਮ ਦੇਣਗੇ ਤੁਰੰਤ ਇਹ ਜਿਹੜਾ ਸਰਕਾਰ ਨੂੰ ਪੰਜਾਬ ਸਰਕਾਰ ਦੇ ਥਰੂ ਸੈਂਟਰ ਗੌਰਮੈਂਟ ਅਤੇ ਦਿੱਲੀ ਗੌਰਮੈਂਟ ਨੂੰ ਭੇਜਾਂਗੇ, ਅਤੇ ਅੱਗੇ ਜੋ ਵੀ ਲੀਗਲ ਕਾਰਵਾਈ ਆ ਉਹ ਤਾਂ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਰਡਰ ਹੈਗਾ
ਅਤੇ ਉਹਦਾ ਨਿਪਟਾਰਾ ਜਿਹੜਾ ਹੈਗਾ ਉਹ ਬੈਠ ਕੇ ਜੋ ਵੀ ਇਹਨਾਂ ਦੀ ਉਹ ਦਿੱਲੀ ਦੀ ਸਰਕਾਰ ਸੈਂਟਰਲ ਗੌਰਮੈਂਟ ਦੀ ਇੰਟਰਫੇਰੈਂਸ ਦੇ ਨਾਲ ਜੋ ਹੋਏਗਾ ਪ੍ਰਦਰਸ਼ਨ ਸਰ ਕਦ ਤੱਕ ਪ੍ਰਦਰਸ਼ਨ ਇਹਨਾਂ ਨੇ ਕਿਹਾ ਕਿ ਜੀ ਇਹਨਾਂ ਦੀ ਔਰਗਨਾਈਜੇਸ਼ਨ ਆਈਆਂ ਆਪਸੇ ਸਲਾਹ ਕਰ ਰਿਹਾ ਮੈਂ ਅਪੀਲ ਕੀਤੀ ਹੈ ਕਿਉਂਕਿ ਲੋਕਾਂ ਨੂੰ ਕਿਸੇ ਨੂੰ ਇਨਕਨਵੀਨੀਅੰਸ ਨਾ ਹੋਵੇ ਉਹਨਾਂ ਅਪੀਲ ਕੀਤੀ ਉਹ ਕਹਿੰਦੇ ਸਾਨੂੰ ਸਲਾਹ ਕਰ ਲੈਂਦੇ ਹੋ ਸਲਾਹ ਕਰਕੇ ਉਹ ਤੁਰੰਤ ਜਿਹੜਾ ਹੈਗਾ ਉਹ ਜਿਹੜਾ ਪ੍ਰੋਟੈਸਟ ਹੈ ਆਪਣਾ ਖਤਮ ਕਰਨਗੇ ਅਤੇ ਜਿਹੜੀ ਇਹਨਾਂ ਦੀ ਆਵਾਜ਼ ਹੈਗੀ ਉਹ ਅਸੀਂ ਸਰਕਾਰ ਦੇ ਥਰੂ ਜ਼ਰੂਰ ਪਹੁੰਚਾਵਾਂਗੇ ਜੀ ਬਿਲਕੁਲ ਪੁਲਿਸ ਦਾ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦੇ ਨਾਲ ਸਹਿਮਤੀ ਬਣਾ ਕੇ ਜੋ ਇਹਨਾਂ ਦੀ ਡਿਮਾਂਡ ਆ ਉਹ ਪੰਜਾਬ ਸਰਕਾਰ ਦੇ ਮਾਧਿਅਮ ਨਾਲ ਦਿੱਲੀ ਸੈਂਟਰਲ ਗੌਰਮੈਂਟ ਭੇਜਿਆ ਜਾਵੇ ਅਤੇ ਕਿਹਾ ਜਾ ਰਿਹਾ ਕਿ ਥੋੜ੍ਹੀ ਦੇਰ ਦੇ ਵਿੱਚ ਆਪਸੀ ਸਹਿਮਤੀ ਬਣ ਸਕਦੀ ਆ ਅਤੇ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਉਠਾਇਆ ਜਾ ਸਕਦਾ ਬੇਸ਼ੱਕ ਲਗਾਤਾਰ ਇੱਕ ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੰਬਾ ਜਾਮ ਜਿਹੜਾ ਹੈਗਾ ਨੈਸ਼ਨਲ ਹਾਈਵੇ ਦੇ ਦੋਨੋਂ ਤਰਫ ਤੋਂ ਚਾਹੇ ਉਹ ਜਲੰਧਰ ਤੋਂ ਜਿਹੜਾ ਮਾਰਗ ਲੁਧਿਆਣਾ ਆ ਰਿਹਾ ਹੋਵੇ ਚਾਹੇ ਲੁਧਿਆਣਾ ਤੋਂ ਜਲੰਧਰ ਆ ਰਿਹਾ ਦੋਨੋਂ ਪਾਸੇ ਲੱਗਾ ਹੋਇਆ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਖਣਾ ਇਹ ਹੋ ਗਿਆ ਕਿ ਪ੍ਰਸ਼ਾਸਨ ਕਦੋਂ ਇਹਨਾਂ ਦੇ ਨਾਲ ਸਹਿਮਤੀ ਬਣਾ ਕੇ ਧਰਨਾ ਪ੍ਰਦਰਸ਼ਨ ਉਠਾਉਣ ਦੇ ਵਿੱਚ ਕਾਮਯਾਬ ਹੁੰਦਾ ਕਿਆ ਨਾਮ ਹੈ ਰੋਹਿਤ ਦੇ ਨਾਲ ਵਿਵੇਕ ਟਾਲ ਦੈਨਿਕ ਸਵੇਰਾ ਟੀਵੀ ਲੁਧਿਆਣਾ Hello everyone, my name is Devya Sethi. I am from Fagwada aur main 25 saal ki hoon. One of my friend from Jalandhar, unhone mujhe body fat ke bare mein bataya. Sirf 3 mahine yahan pe spend karne ke baad maine total weight loss yahan pe 16 kg kiya hai aur mera inch loss bhi 70 plus kiya hai. I would like to say please come here for a healthy weight loss and you will see the results. Thank you so much.